ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਦਸੰਬਰ 2021 ਜਾਂ ਉਸ ਤੋਂ ਪਹਿਲਾਂ ਦੇ ਜਿੰਨਾਂ ਵਿਦਿਆਰਥੀਆਂ ਦੇ ਰਿਜ਼ਲਟਾਂ ਵਿੱਚ EWI ਹੋਈ ਸੀ ਜਾਂ ਫਿਰ ਜਿੰਨਾਂ ਵਿਦਿਆਰਥੀਆਂ ਦੇ ਕਾਲਜ ਵੱਲੋਂ ਕਿਸੇ ਵੀ ਕੋਰਸ ਦੇ ਥਿਊਰੀ ਇੰਟਰਨਲ ਜਾਂ ਪ੍ਰੈਕਟੀਕਲ ਦੇ ਨੰਬਰ ਭੇਜਣ ਤੋਂ ਰਹਿ ਗਏ ਸਨ ਉਹ ਵਿਦਿਆਰਥੀ ਹੁਣ ਆਪਣੇ ਕਾਲਜ ਵੱਲੋਂ ਆਪਣੇ ਨੰਬਰ ਯੂਨੀਵਰਸਿਟੀ ਵਿਖੇ ਜਮ੍ਹਾਂ ਕਰਵਾ ਸਕਦੇ ਹਨ ਅਤੇ ਆਪਣਾ ਰਿਜ਼ਲਟ ਕਲੀਅਰ ਕਰਵਾ ਸਕਦੇ ਹਨ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਾਰੇ ਕਾਲਜਾਂ ਤੇ ਵਿਭਾਗਾਂ ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਦਸੰਬਰ 2021 ਅਤੇ ਉਸ ਤੋਂ ਪਹਿਲਾਂ ਦੇ ਵੱਖ-ਵੱਖ ਕੋਰਸਾਂ ਦਾ ਜੇਕਰ ਕੋਈ ਵੀ ਥਿਊਰੀ ਇੰਟਰਨਲ ਜਾਂ ਪ੍ਰੈਕਟੀਕਲ ਦੇ ਨੰਬਰ ਯੂਨੀਵਰਸਿਟੀ ਵਿਖੇ ਭੇਜਣ ਤੋਂ ਰਹਿ ਗਏ ਸਨ ਉਹ ਹੁਣ ਮਿਤੀ 10 ਅਕਤੂਬਰ 2022 ਤੱਕ ਪ੍ਰੀਖਿਆ ਸਹਾਖਾ ਵਿਖੇ ਨੰਬਰਾਂ ਦੀ ਹਾਰਡ ਕਾਪੀ ਜਮ੍ਹਾਂ ਕਰਵਾ ਸਕਦੇ ਹਨ ਇਹ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਏਡਬਲਯੂ ਕਲੀਅਰ ਕਰਵਾਉਣ ਲਈ ਇੱਕ ਸਨੈਰੀ ਅਤੇ ਆਖਰੀ ਮੌਕਾ ਦਿੱਤਾ ਗਿਆ ਹੈ ਜੇਕਰ ਇਸ ਮਿਤੀ ਤੱਕ ਕਿਸੇ ਵੀ ਵਿਦਿਆਰਥੀ ਦੇ ਯੂਨੀਵਰਸਿਟੀ ਵਿਖੇ ਨੰਬਰ ਪ੍ਰਾਪਤ ਨਹੀਂ ਹੁੰਦੇ ਤਾਂ ਉਹ ਵਿਦਿਆਰਥੀ ਨੂੰ ਗੈਰਹਾਜ਼ਰ ਮੰਨਦੇ ਹੋਏ ਉਸ ਦਾ ਰਿਜ਼ਲਟ ਕੱਢ ਦਿੱਤਾ ਜਾਵੇਗਾ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ